ਕਹਿੰਦੇ ਐਡ ਵਿਦਾਊਟ ਯੂਜ਼ਿੰਗ ਨੰਬਰ ਲਾਈਨ ਫਰਸਟ ਪਾਰਟ ਦੇ ਵਿੱਚ ਅਸੀਂ ਨੰਬਰ ਲਾਈਨ ਯੂਜ਼ ਕਰਕੇ ਸਮ ਹਿੱਤੇ ਹੀ ਇਹਦੇ ਵਿੱਚ ਕਹਿੰਦੇ ਨੰਬਰ ਲਾਈਨ ਯੂਜ਼ ਕਰਨੀ ਸੋ ਦੇਖੋ ਇਹਨਾਂ ਨੂੰ ਮੈਂ ਤਨ ਕਿਦਾਂ ਸੋਲਵ ਕਰਨਾ ਦੱਸਣ ਲੱਗੇ ਆ ਕਿ ਪਲੱਸ ਮਾਈਨਸ ਹਮੇਸ਼ਾ ਮਾਈਨਸ ਹੁੰਦੇ ਆ ਤੇ ਹੁਣ 13 ਦੇ ਵਿੱਚ 8 ਜਿਹੜੇ ਆ ਮਾਈਨਸ ਹੋ ਰਹੇ ਆ ਤੇ ਆ ਤੁਹਾਡਾ 5 ਆਨਸਰ ਆ ਗਿਆ ਠੀਕ ਹੈ ਕਿ ਪਲੱਸ ਮਾਈਨਸ ਮਾਈਨਸ ਔਰ ਮਾਈਨਸ ਪਲੱਸ ਜੇ ਇਕੱਠੇ ਆ ਜਾਂਦੇ ਉਹ ਵੀ ਮਾਈਨਸ ਪਲੱਸ ਪਲੱਸ ਦਾ ਪਲੱਸ ਹੀ ਹੋਊਗਾ ਮਾਈਨਸ ਮਾਈਨਸ ਦਾ ਵੀ ਪਲੱਸ ਹੋਊਗਾ ਇਹ ਚਾਰ ਜਿਹੜੇ ਹੈ ਹੈਗੇ ਤੁਸੀਂ ਯਾਦ ਰੱਖਣੇ ਆ ਠੀਕ ਹੈ ਜਿੱਦਾਂ ਹੁਣ ਸੈਕਿੰਡ ਪਾਰਟ ਆ ਮਾਈਨਸ 14 ਆ ਪਲੱਸ ਮਾਈਨਸ 70 ਜਦੋਂ ਦੋ ਸਾਈਨ ਇਕੱਠੇ ਆ ਜਾਣ ਉਦੋਂ ਤੁਸੀਂ ਇਹ ਚੀਜ਼ ਯੂਜ਼ ਕਰਨੀ ਆ ਮਾਈਨਸ 14 ਕਿਉਂਕਿ ਇਹ ਮਾਈਨਸ ਸੈਪਰੇਟ ਹੀ ਵੱਖਰਾ ਇਸ ਕਰਕੇ ਮੈਂ ਇਹਨੂੰ ਨਾਲ ਇਦਾਂ ਲੈ ਕੇ ਜਾਊਂਗੀ ਬਟ ਐ ਪਲੱਸ ਵੀ ਆ ਤੇ ਮਾਈਨਸ ਆ ਤੇ ਪਲੱਸ ਮਾਈਨਸ ਜਦੋਂ ਮਲਟੀਪਲਾਈ ਹੁੰਦੇ ਆ ਤੇ ਮਾਈਨਸ ਹੁੰਦਾ ਇਹ ਗੱਲ ਯਾਦ ਰੱਖਣੀ 17 ਤੇ ਮਾਈਨਸ ਮਾਈਨਸ ਕੀ ਹੋ ਜਾਂਦਾ ਵਾ ਪਲੱਸ ਠੀਕ ਹੈ ਇਹ ਵੀ ਮਾਈਨਸ ਆ ਵੀ ਮਾਈਨਸ ਤੇ 14 ਨੂੰ ਤੇ 17 ਨੂੰ ਮਾਈਨਸ ਨਹੀਂ ਕਰਨਾ ਪਲੱਸ ਕਰਨਾ ਕਿਉਂਕਿ ਇਹਦੇ ਨਾਲ ਵੀ ਮਾਈਨਸ ਆ ਇਹਦੇ ਨਾਲ ਵੀ ਮਾਈਨਸ ਆ ਤੇ ਮਾਈਨਸ ਮਾਈਨਸ ਪਲੱਸ ਹੋ ਜਾਂਦੇ ਆ ਬਟ ਦੇਖੋ ਹੋ ਤਾਂ ਇਹ ਪਲੱਸ ਜਾਂਦੇ ਆ ਬਟ ਸਾਈਨ ਜਿਹੜਾ ਮਾਈਨਸ ਦਾ ਹੀ ਲੱਗਣਾ ਕਿਉਂਕਿ ਇਹਨਾਂ ਦੇ ਵਿੱਚੋਂ ਵੱਡਾ 17 ਆ ਉਹਦੇ ਅੱਗੇ ਮਾਈਨਸ ਆ ਵੱਡੇ ਦੇ ਅੱਗੇ ਜਿਹੜਾ ਸਾਈਨ ਹੁੰਦਾ ਨਾ ਉਹੀ ਸਾਈਨ ਆਨਸਰ ਦੇ ਨਾਲ ਲੱਗਣਾ ਹੁੰਦਾ ਆ ਇਹ ਗੱਲ ਤੁਸੀਂ ਯ ਉਸ ਤੋਂ ਬਾਅਦ 3rd ਪਾਰਟ ਹੈਗਾ ਆ -20 ਆ ਗਿਆ ਹਨਾ -20 ਦਾ -20 ਰਹਿਣਾ ਵਾ ਦਾ ਦਾ ਹੀ ਰਹਿਣਾ ਬਟ ਕਿੰਦੇ ਆ ਮਾਈਨਸ ਹੁੰਦੇ ਆ ਤੇ 20 ਦੇ ਵਿੱਚ 19 ਮਨਸ ਕਿਤੇ 1 20 ਵੱਡਾ ਉਹਦੇ ਅਗੇ ਮਨਸ ਇਸ ਕਰਕੇ ਇੱਥੇ ਕੀ ਲੱਗੂਗਾ ਮਾਈਨਸ ਇਸ ਤਰੀਕੇ ਨਾਲ ਇਹ ਸਭ ਤੁਸੀਂ ਕਰਨੇ ਆ